ਲਓ ਬਾਬੇ ਆਪਾਂ ਲੈ ਕੇ ਆ ਗਏ ਤੁਹਾਡੇ ਵਾਸਤੇ ਤੀਜਾ ਪਾਰਟ ਵੀਡੀਓ ਦਾ। ਇਹ ਜਿਹੜੀ ਵੀਡੀਓ ਆ ਕੰਟੀਨਿਊ ਇਹ ਤੀਜਾ ਪਾਰਟ ਆ ਤੇ ਪਰ ਅੱਜ ਤੁਹਾਨੂੰ ਦੱਸਦੇ ਹਾਂ ਅੱਜ ਤੋਂ ਆਪਾਂ ਜਿਹੜਾ ਉਹ ਸਾਹਮਣੇ ਤੁਹਾਨੂੰ ਦੀਨਾ ਨਾ ਹਾਥੀ ਦਾ ਬੱਚਾ, ਮੈਂ ਇਹਨੂੰ ਹਾਥੀ ਦਾ ਬੱਚਾ ਕਹਿੰਦਾ ਨਾ, ਹਾਥੀ ਦਾ ਬੱਚਾ ਬਾਬੇ ਕਿਉਂ ਕਹਿੰਦਾ, ਇਹ ਵੱਡਾ ਬਹੁਤ ਆ ਗਿਆ ਕਿੱਡਾ ਟਿੱਕਰ ਤੇ ਬਹੁਤ ਜ਼ਿਆਦਾ ਵੱਡਾ, ਮੈਂ ਇਹਦਾ ਨਾਂ ਰੱਖਦਾ ਹਾਥੀ ਦਾ ਬੱਚਾ ਤੇ ਲੱਗਣਾ ਹੈਗਾ ਗਾ ਬਾਬੇ ਉਹ ਡਾਇਨਾਸੌਰ ਤੇ, ਠੀਕ ਆ। ਤੇ ਇਦੂ ਪਹਿਲਾਂ ਵਾਲੀ ਵੀਡੀਓ 'ਚ ਮੈਂ ਤੁਹਾਨੂੰ ਪੁੱਛਿਆ ਸੀ ਵੀ ਦੱਸੋ ਵੀ ਕਿਹਦੇ ਟਰੈਕਟਰ 'ਤੇ ਲੱਗਣਾ ਨਾ, ਤਾਂ ਉਹਦਾ ਸਿਸਟਮ ਇਹ ਸੀਗਾ ਵੀ ਜਿਹੜੇ ਨੇ ਪਹਿਲਾਂ ਕਮੈਂਟ ਕਰਿਆ ਅਤੇ ਸਭ ਤੋਂ ਜ਼ਿਆਦਾ ਵੀਡੀਓ ਸ਼ੇਅਰ ਕਰੀ ਉਹ ਬੰਦੇ ਨੂੰ ਆਪਣਾ ਏਅਰਪੋਰਟ ਮਿਲਣਗੇ ਅਤੇ ਉਹ ਮੈਂ ਨਹੀਂ ਦਿੰਦਾ ਉਹ ਲੱਕੀ ਦੇਊਗਾ। ਜਿੱਦੇ ਲੱਕੀ ਉਰੇ ਆਇਆ ਆਪਾਂ ਉਹਦੇ ਲੱਕੀ ਨਾਲ ਗੱਲਬਾਤ ਕਰਾਂਗੇ ਅਤੇ ਦੇਖਾਂਗੇ ਵੀ ਉਹ ਕਿਹੜਾ ਬੰਦਾ ਆਊਗਾ। ਮਾਈ ਦਾ ਲਾਲ ਜੀ ਨੇ ਜ਼ਿਆਦਾ ਵੀਡੀਓ ਸ਼ੇਅਰ ਕਰੀ ਆ ਅਤੇ ਹੁਣ ਵਾਲੀ ਵੀਡੀਓ ਬਾਬੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਨਾ, ਕਮੈਂਟ ਕਰਿਓ, ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੂ, ਕਮੈਂਟ ਕਰੂਗਾ, ਲਾਈਕ ਕਰੂਗਾ ਅਤੇ ਉਹਦੀ ਮੈਂ ਗੱਲ ਕਰਾਇਆ ਕਰੂੰ ਲੱਕੀ ਨਾਲ ਆਪਦੇ ਫੋਨ 'ਤੇ, ਠੀਕ ਹੈ, ਜਿੰਨੇ ਦਿਨ ਲੱਕੀ ਮੇਰੇ ਕੋਲ ਰਹੂਗਾ, ਠੀਕ ਹੈ। ਅਤੇ ਹੁਣ ਤੁਹਾਨੂੰ ਦੱਸਦੇ ਹਾਂ ਵੀ ਅੱਜ ਆਪਾਂ ਇਹਦਾ ਹਾਥੀ ਦੇ ਬੱਚੇ ਨੂੰ ਹੱਥ ਪਾ ਲਿਆ, ਠੀਕ ਹੈ, ਡਰਦੇ ਡਰਾਉਂਦੇ ਨੇ ਹੱਥ ਪਾ ਲਿਆ, ਕੋਈ ਨਹੀਂ ਹੈਗਾ ਵੀ ਆਪਾਂ ਨੂੰ ਕੰਮ ਨਹੀਂ ਆਉਂਦਾ ਜਾਂ ਵੀ ਆਪਾਂ ਤਾਂ ਡਰਦੇ ਹਾਂ, ਵੀ ਵੈਸੇ ਹੀ ਨਾ ਥੋੜ੍ਹਾ ਜਿਹਾ ਡੈੱਕ ਵੱਡਾ ਕਰਕੇ ਐਂ ਜਿਹੇ ਹੋ ਰਿਹਾ ਵੀ ਯਾਰ ਇਹਨੂੰ ਚੱਕ ਧਰ ਕਿਵੇਂ ਕਰਿਆ ਕਰਾਂਗੇ, ਇਹ ਢਿੱਡ ਦੁਖਣ ਲੱਗ ਜਾਇਆ ਕਰੂਗਾ, ਹੈ ਨਾ, ਕਿਉਂ ਜ਼ਿਆਦਾ ਵੱਡਾ ਗਾ, ਵਜਨ ਜ਼ਿਆਦਾ। ਅਤੇ ਉਹਦੇ ਪਹਿਲਾਂ ਵਾਲੀ ਵੀਡੀਓ 'ਚ ਆਪਣਾ ਭਰਾ ਬਿੱਲਾ ਕਹਿੰਦਾ ਜੀ ਵੀ 100 ਕਿਲੋ ਦੀ ਨਹੀਂ ਹੋਣੀ ਪੇਟੀ, ਮੈਂ ਵੇਟ ਉਹਨੂੰ ਬਾਈ ਨੂੰ ਪੁੱਛਿਆ ਜੀ ਜਿਹੜੇ ਨੇ ਬਣਾਈ, 130 ਕਿਲੋ ਦੀ ਪੇਟੀ ਹੈ ਖਾਲੀ ਬਾਬੇ ਉਹ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਵੀ ਇਹਦਾ ਕਿੱਥੋਂ ਕੰਮ ਸਟਾਰਟ ਕਰਨਾ, ਇਹਦੇ ਆਪਾਂ ਅੱਜ ਆਹ ਸਪੀਕਰ ਪਾਉਣ ਲੱਗਦੇ ਹਾਂ ਮੂਹਰਲੇ ਫਰੰਟ ਵਾਲੇ, 4 ਅਤੇ 4 8 ਅਤੇ 4 12, ਦੇਖਦੇ ਹਾਂ ਜੇ ਸਾਰੇ ਪੈ ਗਏ ਤਾਂ ਵੀ ਠੀਕ ਆ, ਅਤੇ ਇਹਨਾਂ 'ਤੇ ਜਾਲੀਆਂ ਲਾ ਕੇ ਤਾਰਾਂ ਤੁਰਾਂ ਲਾ ਕੇ ਇਹਨਾਂ ਦਾ ਕੰਮ ਕਰਦੇ ਹਾਂ। ਓਕੇ, ਵੀਡੀਓ ਨਾਲ ਬਣੇ ਰਹੋ, ਲਾਈਕ ਕਮੈਂਟ ਸ਼ੇਅਰ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਡਾਇਨਾਸੌਰ ਆਰਮੀ, ਜਿੰਨੀ ਵੀ ਡਾਇਨਾਸੌਰ ਆਰਮੀ ਆ ਉਹ ਸਾਰੀ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਗਾ, ਅਤੇ ਫਿਰ ਤੁਹਾਨੂੰ ਲੱਕੀ ਨਾਲ ਵੀ ਗੱਲਬਾਤ ਕਰਾਇਆ ਕਰਾਂਗੇ ਵਾਰੀ ਵੱਟੇ ਸਾਰਿਆਂ ਦੀ, ਅਤੇ ਲੈਬ ਵੀ ਹੋਵਾਂਗੇ ਅਸੀਂ, ਲੈਬ ਵੀ ਹੋਇਆ ਕਰਾਂਗੇ, ਅਤੇ ਐਂ ਨਹੀਂ ਪਤਾ ਲੈਬ 'ਚ ਵੀ ਐਡ ਕਰ ਲਿਆ ਕਰੀਏ ਜਿਹੜਾ ਬੰਦਾ ਸਾਡਾ, ਜ਼ਿਆਦਾ ਤੋਂ ਜ਼ਿਆਦਾ ਵੀਡੀਓ ਸ਼ੇਅਰ ਕਰੂ, ਕਮੈਂਟ ਕਰੂ ਅਤੇ ਕੀ ਕਰੂਗਾ ਸਬਸਕ੍ਰਾਈਬ ਕਰੂਗਾ ਆਪਣੀਆਂ ਨੂੰ ਵੀ ਉਹ ਦੇਖਿਆ ਕਰਾਂਗੇ ਆਪਾਂ, ਲੈਬ 'ਚ ਵੀ ਐਡ ਕਰ ਲਿਆ ਕਰਾਂਗੇ। ਹੁਣ ਬਸ ਤੁਹਾਨੂੰ ਦਿਖਾਉਂਦੇ ਹਾਂ ਅਗਲਾ ਸਟੈਪ ਕੀ ਆ ਬਾਬਿਓ, ਇੱਥੇ ਕਹਿੰਦੇ ਪੈਣ ਜਾ ਰਹੇ ਆ 6 ਇੰਚੀ ਸਪੀਕਰ ਹਾਥੀ ਦੇ ਬੱਚੇ 'ਚ, ਅੱਜ ਹਾਥੀ ਦੇ ਬੱਚੇ ਨੂੰ ਛੇੜਨਾ ਪਊਗਾ, ਦੇਖ ਲਾ ਐਂ ਜੇ ਕੀ ਝਾਕੀ ਜਾਂਦਾ ਭਰਾਵਾ। ਲਓ ਵੀ ਚਲਾ ਤਾ ਕਹਿੰਦੇ ਲੱਕੀ ਦੀ ਪੇਟੀ ਦਾ ਕੰਮ, ਮੈਂ ਡਰਿੱਲ ਵੀ ਚਲਾਉਂਦਾ ਰਿਹਾ ਆ ਬੈਠਾ ਬਈ ਖਾ ਕੇ 2 ਪੀਜੇ ਦੋ ਹੈਂ, ਇੱਕ ਪਾਸਤਾ ਤੇ ਇੱਕ ਰੈਪ, ਹਾਂ ਕੌਫੀ ਬਣੀ ਜਾਂਦੀ ਹੈ ਠੀਕ ਹੈ। ਅੱਜ ਆਪਾਂ ਦੇਖ ਤੂੰ ਆਪੀ ਕਰ, ਮੈਨੂੰ ਤਾਂ ਕੁਛ ਨੀ ਪਤਾ, ਆਜੇ ਤੂੰ ਮਾੜੀ ਜਾਣਕਾਰੀ ਦੇ ਯਾਰ, ਇਹਦੇ ਥੱਲੇ ਦਾ ਟੱਪੂਗੀ ਥੱਲੇ ਮਾਰ ਦਾ ਰੱਖ, ਮੈਨੂੰ ਕੀ ਪਤਾ ਮੈਂ ਤਾਂ ਕਦੇ ਲਾਈ ਨੀ ਡੈੱਕ, ਤੂੰ ਫਿਰ ਇੰਜ ਨੀ ਕਰਦਾ ਹੈਗਾ, ਬਾਹਰ ਜਾਏਗਾ ਆਸਟ੍ਰੇਲੀਆ ਕਿੱਥੇ ਨਿਊਜ਼ੀਲੈਂਡ ਉੱਥੇ ਕੀ ਕਰਿਆ ਕਰਾਂਗੇ, ਉੱਥੇ ਦੇਖ ਲਾਂਗੇ ਪੜ੍ਹਾਈ ਕਰਾਂਗੇ, ਇੱਥੇ ਮਾਰ ਦਿੰਦੇ ਇਹਦੇ ਦਿਮਾਗ ਨਾਲ, ਬਾਹਲਾ ਲਾਉਣਾ ਪੈਂਦਾ ਟੈਕਿਆਂ 'ਚ, ਨਿੱਕੀ ਮੋਟੀ ਗੱਲ ਨਹੀਂ। ਡਾਇਨਾਸੌਰ ਆਰਮੀ ਆਪਣਾ ਕੀ ਸਬਸਕ੍ਰਾਈਬ ਕਰ ਲਓ ਚੈਨਲ, ਦੇਖਣਗੇ ਨਾ ਬਲੌਗ, ਪਹਿਲਾਂ ਵੀਡੀਓ ਕਿੰਨੇ ਹਜ਼ਾਰ ਬੰਦੇ ਦੇਖ ਲਈ, 36,000 ਬੰਦੇ ਦੇਖ ਲਈ, ਤੁਸੀਂ ਸਬਸਕ੍ਰਾਈਬ ਘੱਟ ਕਰਦੇ ਹੋ ਯਾਰ, ਜਿੰਨਾ ਤੁਸੀਂ ਇਕੱਲਾ ਡੈੱਕ ਹੀ ਦੇਖ ਲਓ, ਅਗਲੀ ਵੀਡੀਓ ਫਿਰ ਆਪਾਂ ਪਾਵਾਂਗੇ ਜਾਂ ਡੈੱਕ ਲੱਕੀ ਦੇ ਡੈੱਕ ਫਿਰ ਲਾਵਾਂਗੇ, ਘੱਟੋ ਘੱਟ ਆਪਾਂ ਨੂੰ ਕਿੰਨੇ 4,000 ਚਾਹੀਦੇ, 4,000 ਸਬਸਕ੍ਰਾਈਬ ਵੀਡੀਓ ਨੂੰ ਪੱਗ ਨਵੀਂ ਕੱਲ ਹੀ ਲਿਆਂਦੀ ਹੈ ਜੱਗੇ ਨੇ, ਬਾਲੀ ਸਿਰਾ ਬੰਨੀ ਹੈ ਨਾ, ਇਹ ਸਟਾਈਲ ਤਾਂ ਮੇਰਾ ਆਉਂਦੀ ਹੈ, ਹਾਂ ਇਹਨੂੰ ਕੋਈ ਆਪਾਂ ਨਾਂ ਨਹੀਂ ਦੇ ਸਕਦੇ ਵੀ ਪਟਿਆਲਾ ਸ਼ਾਹੀ, ਇਹਨੂੰ ਤੁਸੀਂ ਕਹਿ ਸਕਦੇ ਹੋ ਜੱਗਾ ਸ਼ਾਹੀ, ਜੱਗਾ ਸ਼ਾਹੀ ਕਦੇ ਹਰੀ ਬੰਨ ਲੈਂਦਾ ਕਦੇ ਨੀਲੀ ਬੰਨ ਲੈਂਦਾ ਨੀ,
लक्की हो रही आप ही तारा तूरा लवा गए थे अज आप करने जा रहे हैं हाथी के बच्चे च फिट है ना रखता हाथी का बच्चा बिल ठीक है ना उच्चा वाला है असि लिया रहे एडे डेको ते लावांगे ना जगे लो बाबे हुण आपां लाउणे तारां तीन स्पीकरां दा लगियां ने स्पीकर लाउणे आपां 12 है ना खड जा हो गए लो बाबे हुण आपां तारां लाउणे तीन स्पीकरां दा लगियां ने तारां बाकी डब्बे जो कटने वाले पे है कि 12 स्पीकर अज आप फिट करने हैं लक्की की पेटी च देखते हैं अगे अगे की बनता गा पेटी बहुत वड्डी आ हले तो चो ए मान लो भी सिर चो पूनी भी नहीं कत्ती आप जिदे वो धरनी हैगी सहज ट्रैक्टर ते ओदे तो चैन कुप्पी ना धरनी पू ना दिना भाई ऐ तो डिगनी यार ओदे तो औखे हो जू कम है ना हैडरे वाला कम ही है ना लो भी 12 स्पीकर कट दे 2 4 6 8 10 ते 12 हुण तुहानू लगा ला के दिखाउने आ तारां ए गल जी बन गई ना लै भी ला दिए टांके से ज ला दे ला दे टांका लगाए लगा दे लगा दे टांका कल्ले कल्ले दे टांका लगा के फिट कर देने आ जे देख जवानी आ गई पग्गां देख रंग देख पग्गां दे थोड़ी फर्क है मूसे वाले बाजीर पात्री है मैं बाजीर इन द हुड पात्र पात्र की रीस करूंगा अपनी यार उतली गल कर फोन आया हूं अपन बिल्ले ਕਹਿੰਦਾ ਲੱਕੀ ਦੇ ਕਿੱਦੇ ਡੈਕ ਲਾ ਦੋ ਬਾਲੇ ਫੋਨ ਆਉਂਦੇ ਆ ਨਾ ਯਾਰ ਲੱਕੀ ਦੀ ਫੈਨ ਬੋਲਣ ਵਾਲੀ ਆ ਹੈ ਫੈਨ ਬੋਲਣ ਹੈਗੀ ਆ ਇੱਕ ਗੱਲ ਆ ਭਰਾ ਬਾਬੇ ਉਹ ਜਿਹੜਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੂਗਾ ਮੈਂ ਲੱਕੀ ਨਾਲ ਤੁਹਾਡੀ ਉਹਦੇ ਗੱਲ ਕਰਾ ਦੂੰਗਾ ਵੀਡੀਓ ਕਾਲ ਤੇ ਲਾਈਵ 'ਚ ਵੀ ਐਡ ਕਰ ਸਕਦੇ ਆਂਗੇ ਆਪਾਂ ਜਦੋਂ ਲਾਈਵ ਹੋਵਾਂਗੇ ਜਿਹੜਾ ਜ਼ਿਆਦਾ ਸ਼ੇਅਰ ਕਰੂਗਾ ਤੇ ਜ਼ਿਆਦਾ ਆਪਣੇ ਰਿਸ਼ਤੇਦਾਰਾਂ ਨੂੰ ਮਿੱਤਰਾਂ ਯਾਰਾਂ ਨੂੰ ਭੇਜੂਗਾ ਲਿੰਕ ਲਓ ਜੀ ਤਾਰਾਂ ਗਈਆਂ ਅਲੱਗ ਹੁਣ ਤੁਹਾਨੂੰ ਐਂ ਦੱਸਦੇ ਆ ਵੀ ਆਪਾਂ ਲਾਉਣੀਆਂ ਨੇ ਜਾਲੀਆਂ ਸਪੀਕਰਾਂ ਦੇ ਜਾਲੀਆਂ ਦੇ ਦੋ ਮਾਡਲ ਇੱਕ ਤਾਂ ਆਪਣੇ ਕੋਲ ਨਵਾਂ ਮਾਡਲ ਆਇਆ ਆ ਵੀ ਉਹ ਲੱਗੇ ਜਾਂ ਪੁਰਾਣਾ ਮਾਡਲ ਲੱਗੇ ਦਿਖਾਵਾਂ ਸਹਿਜ ਮੈਂ ਦਿਖਾ ਦੇ ਪੁਰਾਣਾ ਮਾਡਲ ਤਾਂ ਆ ਗਿਆ ਦੱਸਿਓ ਨਾਲ ਤੂੰ ਦੱਸੀ ਵੀ ਸਹਿਜ ਕਿਹੜੀ ਸੋਹਣੀ ਲੱਗੂਗੀ ਤੇ ਨਵਾਂ ਮਾਡਲ ਮੈਂ ਤੁਹਾਨੂੰ ਦਿਖਾਉਣਾ ਭਾਲ ਕੇ ਆ ਜਾ ਇੱਧਰ ਬੋਰੀ ਖੋਲਣੀ ਪਊ ਨਵੇਂ ਮਾਡਲ ਵਾਲੀ ਖੋਲ ਲਿਆ ਫਿਰ ਤੂੰ ਨੇ बिले कि डाउन जा ब्रो तेन ब्याह वाले आए ऐतकी ना ये भी कर्म वाले बंदे ने मेन चुपया भी नहीं आया ऐतकी रिश्तेदारी एक आया जी पास चो उ बत्तियां बुत्तियां नहीं लाने की लोड़ पैंदी नवी आप बनवाई स्पैशल बनवाई आ हाल तक किसी बंदे ने नहीं लाई तावे बंदे ने लाई ਆ ਦੋ ਜਾਲੀਆਂ ਦੇਖ ਸਾਜ ਤੈਨੂੰ ਕਿਹੜੀ ਸੋਹਣੀ ਲੱਗਦੀ ਆਹਾ ਮੈਨੂੰ ਪਤਾ ਸੀ ਕਿਉਂ ਬਿੱਲੇ ਐਂਟ ਲੱਗਦੀ ਆ ਚਲੋ ਕੇਰਾ ਆਹ ਕੱਸ ਦਿੰਦੇ ਆਪਾਂ ਜੇ ਜ਼ਿਆਦਾ ਕਮੈਂਟ ਇਹਦੇ ਹੈਗੇ ਫਿਰ ਆਪਾਂ ਖੋਲ ਕੇ ਵੀ ਲਾ ਦਾਂਗੇ ਦੱਸ ਦੇ ਤੁਸੀਂ ਕਰਤਾ ਕਹਿੰਦੇ ਕੰਮ ਸ਼ੁਰੂ ਬਾਬਿਓ ਇੱਕ ਸਪੀਕਰ ਜੜਤਾ ਤੇ ਦੂਜੇ ਦੀ ਤਿਆਰੀ ਆ ਬਿੱਲੇ ਇਹ ਜਾਲੀਆਂ ਦਾ ਪਤਾ ਕੀ ਫਾਇਦਾ ਹੈਗਾ ਜਿਹੜੀ ਉਹ ਦੂਜੀ ਜਾਲੀ ਚੱਕ ਕੇ ਬਣਾਈ ਸਾਜ हाँ। हाँ।
ਇਹਨਾਂ ਦੇ ਦੇਖਾਂ ਸਾਈਡਾਂ ਦੇ ਸਪੀਕਰ ਦੇਖੀ ਜਾਂਦਾ ਕੋਈ ਗੱਲ ਸੀਗੀ ਮੈਂ ਜਲੂਸ ਚ ਨਿਕਲ ਹੀ ਜਾਂਦਾ ਰਹਿੰਦਾ ਇਹ ਵੀ ਗੱਲ ਰਾਈਟ ਆ ਇਹਦਾ ਉੱਤਰਾ ਕਰ ਦਿੰਦੀਆਂ ਇਹ ਵਿੱਚ ਹੀ ਢੱਕ ਦਿੰਦੀਆਂ ਚੀਜ਼ ਨੀ ਬਾਬੇ ਇੱਕ ਵੀ ਮਾੜੀ ਲਾਉਂਦੇ ਆਪਾਂ ਪੇਂਡੂ 855 ਅੱਜ ਕੜਾਹੀ ਕੱਲ ਨੂੰ ਜਾਗੋ ਪਰਸੋਂ ਬਰਾਤ ਪਰਸੋਂ ਬਰਾਤ ਫਿਰ ਤਾਂ ਪੰਜੇ ਕਿਉਂ ਚਾਹੇ ਦੱਸੇ ਸਾਰੀ ਕਿਉਂ ਚਾਹ ਤੂੰ ਵੀ ਕਿਉਂ ਜੀ ਹੋਰ ਇਹਨੂੰ ਪਤਾ ਨੰਬਰਦਾਰਾਂ ਦਾ ਵੱਡਾ ਕੰਮ ਹੀ ਹੈ ਨੰਬਰਦਾਰ ਆ ਉਹ ਬਈ ਹੋਰ ਨੰਬਰਦਾਰ ਕਹਿੰਦੇ ਹੋ ਕਿ ਵੀ ਸੱਚੀ ਨੰਬਰਦਾਰ ਆ ਸੱਚੀ ਨੰਬਰਦਾਰ ਆ ਤੁਹਾਡੇ ਸਕੇ ਉਹ ਠੀਕ ਬਿੱਲਾ ਕਹਿੰਦੇ ਪੈਕ ਹੋ ਗਈ ਹੈ ਪੇਟੀ ਬਣਾਈ ਆ ਬਈ ਏਡਾ ਸਮਾਨ ਇੱਕ ਵਾਰੀ ਤੜਕਿਆ ਮੁੜ ਕੇ ਖੁੱਲ ਕੇ ਲੋਡ ਕਰਨਾ ਕਿਹੜਾ ਸੌਖਾ ਹੈ ਮੁੜ ਕੇ ਔਖਾ ਹੋ ਜਾਂਦਾ ਮੈਂ ਲਾ ਹਫਤਾ ਲਾ ਦਾਂ ਯਾਰ ਇਹਨੂੰ ਫਿੱਟ ਕਰਨ ਦੀ ਹਫਤਾ ਤਾਂ ਲੱਗੂਗੀ ਨਾਟੀ ਫਿਰ ਤਾਰਾਂ ਜੋੜਨੀਆਂ ਹੋਰ ਜੋੜਨੀਆਂ ਸਾਹ ਵੀ ਬੜਾ ਲੰਮਾ ਚੌੜਾ ਭੈਣ ਚੋ ਤਾਂ ਹੈ ਇਹ ਤੇ ਉਹ ਐਂਪਰੀਫਾਇਰ ਕਿਹੜਾ ਲੱਗੂਗਾ ਜਦੋਂ ਚਾਵੜੀ ਡਰਿੱਲ ਕੱਢ ਦਿੰਦੀ ਦਿਲ ਹੈ ਲੱਕੀ ਨੇ ਲਾਈਟਾਂ ਨੀ ਲਵਾਈਆਂ ਸੱਚੇ ਜੀ ਕਿਉਂ ਡਾਇਨਾਸੌਰ ਤੇ ਲੱਗ ਗਿਆ ਉਦੋਂ ਕੰਮ ਬਾਈ ਲੋ ਵੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਜਿੰਨਾ ਕੁ ਆਪਾਂ ਤੋਂ ਕੰਮ ਹੋ ਸਕਿਆ ਉਨਾ ਕੁ ਅੱਜ ਆਪਾਂ ਕਰ ਲਿਆ ਵਿੱਚ ਦੀ ਹੋਰ ਕੰਮ ਵੀ ਆ ਜਾਂਦਾ ਨਾ ਕਸਟਮਰ ਆ ਜਾਂਦੇ ਹੈਗੇ ਕੋਈ ਰਿਪੇਅਰ ਵਾਲਾ ਹੈਗਾ ਕੋਈ ਕਿਵੇਂ ਆ ਗਿਆ ਹਰੇਕ ਦਾ ਕੰਮ ਕਰਨਾ ਪੈਂਦਾ ਹੁਣ ਇਹ ਨਹੀਂ ਹੈਗਾ ਵੀ ਇਕੱਲਾ ਆਪਾਂ ਇਹੀ ਟੈਕ ਦਾ ਕੰਮ ਕਰਾਂਗੇ ਹੋਰ ਦਾ ਵੀ ਕਰਨਾ ਪੈਂਦਾ ਜਿਹੜੇ ਸਾਰੇ ਭਰਾ ਹਨ ਆਪਣੇ ਅਤੇ ਡਾਇਨਾਸੌਰ ਆਰਮੀ ਮੈਂ ਇੱਕ ਵਾਰੀ ਤੁਹਾਨੂੰ ਫੇਰ ਕਹਿੰਦਾ ਲਾਈਕ ਕਮੈਂਟ ਸ਼ੇਅਰ ਵਾਲੀ ਧੁੱਕੀ ਕੱਢ ਦਿਉ ਅਤੇ 4000 ਸਬਸਕ੍ਰਾਈਬ ਕਰ ਦਿਉ ਆਹ ਵੀਡੀਓ ਅਤੇ ਫਿਰ ਤੁਹਾਨੂੰ ਇੱਦੂ ਅਗਲੀ ਵੀ ਘੈਂਟ ਵੀਡੀਓ ਬਣਾ ਕੇ ਦਿਖਾਵਾਂਗੇ ਇਹਦੀ ਅਤੇ ਅਪਡੇਟ ਤੁਹਾਨੂੰ ਫਿਰ ਮਿਲੂਗੀ 4000 ਸਬਸਕ੍ਰਾਈਬ ਕਰ ਦਿਉ ਖਿੱਚ ਕੇ ਆਹ ਵੀਡੀਓ ਨਾਲ ਠੀਕ ਆ ਅਤੇ ਹੁਣ ਤੁਹਾਨੂੰ ਦਿਖਾ ਦਿੰਦੇ ਵੀ ਕੀ ਕੁਛ ਕੰਮ ਕਰਿਆ ਨੇੜਿਓਂ ਮਾੜਾ ਜਿਹਾ ਚੈੱਕ ਕਰ ਲਓ ਤੁਸੀਂ ਆਹ ਦੇਖੋ ਨੇੜਿਓਂ ਫਲੈਸ਼ ਨਾਲ ਦੇਖ ਲਓ ਲੁੱਕ ਦੇਖ ਲਓ ਜਾਲੀਆਂ ਜੂਲੀਆਂ ਦੀ ਕਿਵੇਂ ਘੈਂਟ ਆਉਂਦੀ ਆ ਚਾਰਾਂ ਉੱਪਰਲੇ ਚਾਰਾਂ ਵਿਚਾਲੇ ਲਾਗੇ ਅਤੇ ਆ ਥੜੇ ਹਲੇ ਰਹਿ ਗਏ ਇਹ ਕੱਲ੍ਹ ਨੂੰ ਲਾਵਾਂਗੇ ਡਰਿੱਲਾਂ ਡਰੁੱਲਾਂ ਇੱਥੇ ਪਈਆਂ ਹਲੇ ਚੱਕਣ ਵਾਲੀਆਂ ਪਈਆਂ ਬਾਬਿਓ ਅਤੇ ਤੁਸੀਂ ਦੇਖੋ ਘੈਂਟ ਲੱਗਦਾ ਹਲੇ ਤਾਂ ਜਦੋਂ ਸਾਰਾ ਕੁਛ ਰੈਡੀ ਹੋ ਗਿਆ ਉਦੋਂ ਦੇਖਿਓ ਕੀ ਹੋਣਾ ਅਤੇ ਮੈਂ ਤੁਹਾਨੂੰ ਫਿਰ ਕਹਿੰਦਾ ਵੀ 4000 ਸਬਸਕ੍ਰਾਈਬਰ ਕਰ ਦਿਉ ਅਤੇ ਅਗਲੀ ਵੀਡੀਓ ਫਿਰ ਆਊਗੀ ਜੇ 4000 ਸਬਸਕ੍ਰਾਈਬਰ ਕਰ ਦੋਂਗੇ ਡਾਇਨਾਸੌਰ ਆਰਮੀ ਵੈਸੇ ਬਹੁਤ ਤਕੜੀ ਹੈ ਡਾਇਨਾਸੌਰ ਆਰਮੀ ਕਰ ਦੋਂਗੇ ਮੈਨੂੰ ਮਾਣ ਆ ਤੁਹਾਡੇ 'ਤੇ ਅਤੇ ਮਿਲਦੇ ਹਾਂ ਤੂੰ ਅਗਲੀ ਵੀਡੀਓ ਨਾਲ ਅਗਲੀ ਵੀਡੀਓ ਇੱਦੂ ਵੀ ਘੈਂਟ ਹੋਊਗੀ